ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਇੱਕ ਔਰਤ ਦੇ ਆਪਣੀ ਮੌਤ ਤੋਂ ਥੋੜੇ ਸਮੇਂ ਬਾਅਦ ਫਿਰ ਤੋਂ ਜਿੰਦਾ ਹੋਣ ਦੀ ਇੱਕ ਸੱਚੀ ਘਟਨਾ ਬਾਰੇ ਗੱਲ ਕਰਾਂਗੇ। ਬਹੁਤ ਸਾਰੇ ਲੋਕ ਆਪਣੀ ਮੌਤ ਤੋਂ ਕੁਝ ਸਮੇਂ ਜਾਂ ਘੰਟੇ ਬਾਅਦ ਹੀ ਜਿਉਂਦੇ ਹੋ ਜਾਂਦੇ ਹਨ, ਕਿਉਂਕਿ ਮੰਨਿਆ ਜਾਂਦਾ ਹੈ ਕਿ ਸ਼ਾਇਦ ਉਹਨਾਂ ਦੀ ਉਮਰ ਅਜੇ ਪੂਰੀ ਨਹੀਂ ਸੀ ਹੋਈ, ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਵੀ ਹੋ ਸਕਦੇ ਹਨ। ਕਿਉਂਕਿ ਅਜਿਹੀਆਂ ਘਟਨਾਵਾਂ ਤਾਂ ਸੁਣਨ ਨੂੰ ਹੀ ਬਹੁਤ ਅਜੀਬ ਲੱਗਦੀਆਂ ਹਨ, ਪਰ ਇਸ ਦੁਨੀਆ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਇਨਸਾਨ ਦੇ ਸਵਾਸ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਸਵਾਸ ਵਾਪਸ ਮਿਲ ਜਾਂਦੇ ਹਨ, ਅਤੇ ਉਹਨਾਂ ਨਾਲ ਉਹਨਾਂ ਦੀ ਮੌਤ ਤੋਂ ਬਾਅਦ ਕੀ ਕੁਝ ਹੋਇਆ ਉਸ ਦੇ ਬਾਰੇ 'ਚ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਦੱਸਦੇ ਹਨ। ਅੱਜ ਅਸੀਂ ਤੁਹਾਡੇ ਨਾਲ ਐਸੀ ਹੀ ਇੱਕ ਔਰਤ ਜੋ ਮਰ ਕੇ ਜਿੰਦਾ ਹੋ ਗਈ ਅਤੇ ਉਸ ਦੇ ਨਾਲ ਮਰਨ ਤੋਂ ਬਾਅਦ ਕੀ ਹੋਇਆ ਉਸ ਦੇ ਬਾਰੇ 'ਚ ਗੱਲ ਕਰਾਂਗੇ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਇੱਕ ਔਰਤ ਜਿਸਦਾ ਨਾਮ ਮਨਜੀਤ ਕੌਰ ਸੀ, ਉਹ ਔਰਤ ਸ਼ਾਦੀਸ਼ੁਦਾ ਸੀ ਅਤੇ ਦੋ ਬੱਚਿਆਂ ਦੀ ਮਾਂ ਸੀ। ਕੁਝ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ, ਜਿਸ ਦੇ ਕਰਕੇ ਉਸਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਤਕਲੀਫਾਂ ਘਰ ਕਰ ਗਈਆਂ। ਦੋਵਾਂ ਬੱਚਿਆਂ ਦੀ ਜ਼ਿੰਮੇਵਾਰੀ ਉਸਦੇ ਉੱਪਰ ਆ ਗਈ, ਪਰ ਇੰਨਾ ਪਰਮਾਤਮਾ ਦਾ ਸ਼ੁਕਰ ਸੀ ਕਿ ਉਹ ਬੱਚੇ ਜਵਾਨ ਸਨ ਅਤੇ ਆਪਣੀ ਮਾਤਾ ਦਾ ਘਰ ਦੇ ਕੰਮ ਕਾਰ ਵਿੱਚ ਹੱਥ ਵਟਾ ਦਿੰਦੇ ਸਨ। ਵੱਡਾ ਬੇਟਾ 12ਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਛੋਟਾ 10ਵੀਂ ਵਿੱਚ ਪੜ੍ਹਦਾ ਸੀ। ਆਪਣੇ ਪਤੀ ਦੀ ਮੌਤ ਤੋਂ 2 ਸਾਲ ਤੱਕ ਉਹ ਬਹੁਤ ਪਰੇਸ਼ਾਨ ਰਹੀ, ਪਰ ਰੱਬ ਦੇ ਨਾਮ ਨਾਲ ਜੁੜੀ ਉਸ ਔਰਤ ਨੂੰ ਵਾਹਿਗੁਰੂ ਦਾ ਬਹੁਤ ਜ਼ਿਆਦਾ ਸਹਾਰਾ ਸੀ, ਜਿਸ ਨੇ ਕਦੇ ਉਸ ਨੂੰ ਹਾਰ ਨਹੀਂ ਸੀ ਮੰਨਣ ਦਿੱਤੀ। ਪਰ ਫਿਰ ਵੀ ਆਪਣੇ ਦੋਵਾਂ ਬੱਚਿਆਂ ਦੇ ਸਿਰ ਤੇ ਉਸਨੇ ਆਪਣੀ ਪੂਰੀ ਜ਼ਿੰਦਗੀ ਕੱਢ ਲਈ। ਪਤੀ ਦੀ ਮੌਤ ਦਾ ਸਦਮਾ ਨਾ ਝੱਲਣ ਕਰਕੇ ਮਨਜੀਤ ਕੌਰ ਥੋੜੀ ਬਿਮਾਰ ਹੀ ਰਹਿੰਦੀ ਸੀ। ਏਦਾਂ ਹੀ ਕਰਦੇ ਕਰਦੇ ਇੱਕ ਦਿਨ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਈ ਤੇ ਉਸਨੂੰ ਹੌਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਸਨੂੰ ਲੈ ਕੇ ਉਸਦੇ ਦੋਵੇਂ ਬੇਟੇ ਭੱਜ ਦੌੜ ਕਰਦੇ ਰਹੇ। ਇੱਕ ਹਫ਼ਤਾ ਉਹ ਹੌਸਪੀਟਲ ਵਿੱਚ ਦਾਖਲ ਰਹੀ ਅਤੇ ਇੱਕ ਹਫ਼ਤੇ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸਦੇ ਬੇਟੇ ਇਹ ਸਭ ਦੇਖ ਕੇ ਬਹੁਤ ਨਿਰਾਸ਼ ਹੋਏ ਕਿ ਪਹਿਲਾਂ ਰੱਬ ਨੇ ਉਹਨਾਂ ਕੋਲੋਂ ਉਹਨਾਂ ਦੇ ਪਿਤਾ ਦਾ ਸਾਇਆ ਖੋਹ ਲਿਆ ਅਤੇ ਹੁਣ ਮਾਂ ਵੀ ਖੋਹ ਲਈ ਹੈ। ਇਸ ਤੋਂ ਬਾਅਦ ਦੋਵੇਂ ਭਰਾ ਆਪਣੀ ਮਾਂ ਨੂੰ ਲੈ ਕੇ ਘਰ ਆ ਗਏ। ਘਰ ਆਉਂਦਿਆਂ ਨੂੰ ਸਾਰੇ ਗੁਆਂਢੀ ਅਤੇ ਰਿਸ਼ਤੇਦਾਰ ਇਕੱਠੇ ਹੋਏ ਸਨ। ਸਾਰੇ ਦੋਵਾਂ ਭਰਾਵਾਂ ਨਾਲ ਅਫਸੋਸ ਕਰਨ ਲੱਗ ਪਏ ਅਤੇ ਉਹਨਾਂ ਨੂੰ ਹੌਸਲਾ ਦੇਣ ਲੱਗ ਪਏ। ਮੌਤ ਦੀਆਂ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਜਦੋਂ ਸ਼ਮਸ਼ਾਨ ਵਿੱਚ ਉਸ ਔਰਤ ਨੂੰ ਲਿਜਾਣ ਲੱਗੇ ਤਾਂ ਅਚਾਨਕ ਉਸਦੇ ਸਾਹ ਚੱਲਣ ਲੱਗ ਪਏ। ਇਹ ਗੱਲ ਛੋਟੇ ਬੇਟੇ ਨੇ ਨੋਟ ਕੀਤੀ ਤੇ ਜਲਦੀ ਜਲਦੀ ਆਪਣੀ ਮਾਂ ਦੇ ਮੂੰਹ ਤੋਂ ਚਾਦਰ ਲਾ ਕੇ ਦੇਖਣ ਲੱਗ ਪਿਆ। ਵਾਕਿਆ ਹੀ ਉਸਨੇ ਆਪਣੀਆਂ ਅੱਖਾਂ ਖੋਲੀਆਂ ਹੋਈਆਂ ਸਨ। ਇਹ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਬਾਕੀ ਸਾਰੇ ਆਪਣੀਆਂ ਗੱਲਾਂ ਵਿੱਚ ਲੱਗੇ ਹੋਏ ਸਨ। ਉਸਨੇ ਸਾਰਿਆਂ ਨੂੰ ਆਵਾਜ਼ ਦਿੱਤੀ ਅਤੇ ਆਪਣੇ ਭਰਾ ਨੂੰ ਕਹਿੰਦਾ, ਵੀਰੇ ਦੇਖੋ ਮਾਂ ਨੇ ਅੱਖਾਂ ਖੋਲੀਆਂ ਹੋਈਆਂ ਹਨ। ਉਹ ਵੀ ਆਪਣੀ ਮਾਂ ਨੂੰ ਦੇਖ ਕੇ ਹੈਰਾਨ ਹੋ ਗਿਆ। ਸਾਰੇ ਲੋਕ ਉਸ ਔਰਤ ਦੇ ਕੋਲ ਆ ਕੇ ਖੜ ਗਏ ਤੇ ਹੈਰਾਨ ਹੋਣ ਲੱਗ ਪਏ ਕਿ ਇਹ ਕੀ ਖੇਡ ਬਣੀ। ਫਿਰ ਉਹ ਔਰਤ ਉੱਠ ਕੇ ਬੈਠ ਗਈ। ਇਸ ਅਜੀਬ ਪਲ ਨੂੰ ਦੇਖ ਕੇ ਕਈ ਲੋਕ ਤਾਂ ਡਰਨ ਲੱਗ ਪਏ। ਉਹਨਾਂ ਦੋਵਾਂ ਲੜਕਿਆਂ ਨੇ ਆਪਣੀ ਮਾਂ ਨੂੰ ਗਲ ਨਾਲ ਲਗਾਇਆ ਹੋਇਆ ਸੀ। ਕਹਿੰਦੇ, ਮਾਂ ਤੂੰ ਸਾਨੂੰ ਵਾਹਿਗੁਰੂ ਨੇ ਵਾਪਸ ਕਰ ਦਿੱਤੀ ਹੈ। ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ। ਸਾਡੇ ਰੱਬ ਦਾ ਸ਼ੁਕਰ ਹੈ ਕਿ ਉਸਨੇ ਸਾਡੇ ਦੋਵਾਂ ਭਰਾਵਾਂ ਤੇ ਤਰਸ ਕਰਕੇ ਤੈਨੂੰ ਫਿਰ ਤੋਂ ਸਾਨੂੰ ਮੋੜ ਦਿੱਤਾ ਹੈ। ਸਾਰੇ ਰੱਬ ਦਾ ਸ਼ੁਕਰ ਕਰਨ ਲੱਗ ਪਏ ਕਿ ਉਹਨਾਂ ਬੱਚਿਆਂ ਨੂੰ ਆਪਣੀ ਮਾਂ ਮਿਲ ਗਈ ਹੈ, ਨਹੀਂ ਤਾਂ ਇਹਨਾਂ ਵਿਚਾਰਿਆਂ ਨੂੰ ਕਿਸਨੇ ਪੁੱਛਣਾ ਸੀ, ਕਿਸਨੇ ਇਹਨਾਂ ਦੀ ਸਾਰ ਲੈਣੀ ਸੀ, ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣਿਆਂ ਦੇ ਤਾਨਿਆਂ ਤੋਂ ਤੰਗ ਹੋ ਕੇ ਕਿਸੇ ਦੂਜੀ ਜਗ੍ਹਾ ਤੋਂ ਇੱਥੇ ਰਹਿਣ ਲਈ ਆਏ ਸਨ। ਮਨਜੀਤ ਕੌਰ ਕਹਿਣ ਲੱਗ ਪਈ ਕਿ ਮੇਰੇ ਬੱਚਿਆਂ ਦੀ ਦੇਖਭਾਲ ਦੇ ਲਈ ਹੀ ਉਸ ਵਾਹਿਗੁਰੂ ਨੇ ਮੈਨੂੰ ਵਾਪਿਸ ਇਸ ਦੁਨੀਆਂ ਵਿੱਚ ਭੇਜਿਆ ਹੈ। ਕਹਿੰਦੀ, ਜਦੋਂ ਮੈਂ ਮਰ ਕੇ ਉਸ ਰੱਬ ਦੀ ਦਰਗਾਹ ਤੇ ਗਈ ਤਾਂ ਮੈਨੂੰ ਉੱਥੇ ਮੇਰਾ ਵਾਹਿਗੁਰੂ ਮਿਲਿਆ। ਮੈਂ ਉਸ ਵਾਹਿਗੁਰੂ ਨੂੰ ਕਿਹਾ ਕਿ ਮੇਰੇ ਬੱਚੇ ਮੇਰੇ ਬਿਨਾਂ ਕਿੱਥੇ ਰਹਿਣਗੇ, ਉਹ ਇਕੱਲੇ ਰਹਿ ਜਾਣਗੇ, ਮੇਰੇ ਬਿਨਾਂ ਉਹਨਾਂ ਦਾ ਕੋਈ ਨਹੀਂ ਹੈ।
ਉਹ ਰੁੱਲ ਜਾਣਗੇ। ਕਹਿੰਦੀ, ਮੇਰੇ ਵਾਹਿਗੁਰੂ ਕਹਿੰਦੇ ਕਿ ਧੀਏ ਮੈਂ ਤੈਨੂੰ ਨਹੀਂ ਸੀ ਬੁਲਾਉਣਾ ਚਾਹੁੰਦਾ, ਪਰ ਜਿਸ ਤਰ੍ਹਾਂ ਧਰਮਰਾਜ ਦੀ ਕਚਹਿਰੀ ਦਾ ਅਸੂਲ ਹੈ ਕਿ ਜਿੰਨੀ ਇੱਕ ਬੰਦੇ ਦੀ ਉਮਰ ਹੁੰਦੀ ਹੈ ਓਨੀ ਹੀ ਉਹ ਭੋਗਦਾ ਹੈ ਅਤੇ ਉਮਰ ਭੋਗਣ ਤੋਂ ਬਾਅਦ ਉਹ ਇਸ ਦੁਨੀਆਂ ਵਿੱਚ ਆ ਜਾਂਦਾ ਹੈ। ਇਸ ਲਈ ਤੇਰੀ ਉਮਰ ਪੂਰੀ ਹੋ ਚੁੱਕੀ ਸੀ ਅਤੇ ਤੈਨੂੰ ਇੱਥੇ ਬੁਲਾ ਲਿਆ ਗਿਆ, ਪਰ ਜੇ ਤੂੰ ਇੱਥੇ ਆ ਗਈ ਤਾਂ ਵਾਕਿਆ ਹੀ ਤੇਰੇ ਬੱਚੇ ਕੀ ਕਰਨਗੇ, ਉਹ ਕਿੱਥੇ ਜਾਣਗੇ। ਇਹ ਦੁਨੀਆਂ ਤਾਂ ਪਹਿਲਾਂ ਹੀ ਜਿਸ ਦੇ ਸਿਰ ਤੇ ਮਾਂ ਬਾਪ ਦਾ ਸਾਇਆ ਨਾ ਹੋਵੇ ਉਹਨਾਂ ਬੱਚਿਆਂ ਨੂੰ ਜਿਉਣ ਨਹੀਂ ਦਿੰਦੀ ਤੇ ਤਾਨੇ ਮਾਰ ਕੇ ਉਹਨਾਂ ਦਾ ਜਿਉਣਾ ਹਰਾਮ ਕਰ ਦਿੰਦੀ ਹੈ। ਇਸ ਲਈ ਮੈਂ ਤੈਨੂੰ ਅਜੇ ਇਸ ਦੁਨੀਆਂ ਵਿੱਚ ਨਹੀਂ ਬੁਲਾਉਣਾ, ਤੂੰ ਜਾ ਆਪਣੇ ਬੱਚਿਆਂ ਨੂੰ ਸੰਭਾਲ, ਮੈਂ ਸਭ ਕੁਝ ਆਪੇ ਸਾਂਭ ਲਵਾਂਗਾ। ਕਹਿੰਦੀ, ਮੈਂ ਉਹਨਾਂ ਨੂੰ ਦੇਖ ਤਾਂ ਨਹੀਂ ਸਕੀ ਪਰ ਉਹਨਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਉਸੇ ਸਮੇਂ ਮੇਰੇ ਵਾਹਿਗੁਰੂ ਨੇ ਮੇਰੇ ਸਵਾਸ ਮੈਨੂੰ ਵਾਪਸ ਕਰ ਦਿੱਤੇ। ਉਹ ਦੋਵੇਂ ਲੜਕੇ ਰੱਬ ਦਾ ਸ਼ੁਕਰ ਕਰਨ ਲੱਗ ਪਏ ਕਿ ਉਸਦੇ ਰੱਬ ਨੇ ਉਹਨਾਂ ਨੂੰ ਉਹਨਾਂ ਦੀ ਮਾਂ ਮੋੜ ਦਿੱਤੀ ਹੈ। ਕੋਈ ਵੀ ਇਸ ਗੱਲ ਨੂੰ ਇਨਕਾਰ ਨਹੀਂ ਕਰ ਸਕਦਾ ਕਿ ਜੇ ਕੋਈ ਇੱਕ ਵਾਰ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਵਾਪਸ ਨਹੀਂ ਆਉਂਦਾ, ਪਰ ਕਈ ਵਾਰ ਕੁਝ ਅਜਿਹਾ ਸਬੱਬ ਬਣ ਜਾਂਦਾ ਹੈ ਕਿ ਉਹ ਪਰਮਾਤਮਾ ਵੀ ਕੁਝ ਇਨਸਾਨਾਂ ਨੂੰ ਇਸ ਦੁਨੀਆਂ ਤੇ ਵਾਪਸ ਭੇਜ ਦਿੰਦਾ ਹੈ ਤਾਂ ਕਿ ਉਹਨਾਂ ਤੋਂ ਪਿੱਛੋਂ ਉਹਨਾਂ ਦੇ ਆਪਣਿਆਂ ਦਾ ਕੋਈ ਕੁਝ ਵਿਗਾੜ ਨਾ ਸਕੇ। ਵਾਕਿਆ ਹੀ ਉਹ ਵਾਹਿਗੁਰੂ ਬਹੁਤ ਦਿਆਲੂ ਹੈ, ਕਦੇ ਵੀ ਆਪਣੇ ਪਿਆਰਿਆਂ ਨੂੰ ਦੁਖੀ ਨਹੀਂ ਦੇਖ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।